ਇੱਧਰੋਂ ਨਹੀਂ ਕੁਛ ਹੁੰਦੇ ਪੋਟੀ ਕੱਢਦੀ ਨਾ ਪਿੱਛੋਂ, ਦੋ ਦਿਨ ਰੋਟੀ ਨਹੀਂ ਖਾ ਸਕਦਾ ਬੰਦਾ, ਪੋਟੀ ਮਾਰ ਵੀ ਕੱਢ ਕੇ ਬਾਹਰ, ਬਹੁਤ ਗੰਦੀ ਸਮੈਲ ਆਉਂਦੀ ਹੈ ਇੱਥੇ ਦੇਖਿਓ, ਹਲਕੀ ਖੱਟੀ ਖੱਟੀ ਸਮੈਲ ਆ ਰਹੀ ਹੋਣੀ। ਆਪਣੀ ਸੇਫਟੀ ਵਾਸਤੇ ਨਾ ਇਹ ਕੋਈ ਵੀ ਸੱਪ ਹੈ, ਆ ਜਿਹੜੀ ਗੰਦੀ ਸਮੈਲ ਨਹੀਂ ਆ ਰਹੀ ਹੁਣ, ਇਹ ਪੋਟੀ ਦੀ ਸਮੈਲ ਹੈ, ਕੱਪੜਿਆਂ ਤੇ ਪੈ ਜਾਵੇ ਤਾਂ। ਅੱਜ ਕੱਲ ਬਰਸਾਤ ਦਾ ਸੀਜ਼ਨ ਚੱਲ ਰਿਹਾ ਤੇ ਜਗ੍ਹਾ ਜਗ੍ਹਾ ਤੇ ਸੱਪ ਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਨੇ। ਉੱਥੇ ਹੀ ਨੰਗਲ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਚ ਇੱਕ ਵੱਡਾ ਅਜਗਰ ਵੇਖਣ ਨੂੰ ਮਿਲਿਆ, ਜਿਸ ਕਾਰਨ ਲੋਕਾਂ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਤੇ ਇਸ ਦੀ ਸੂਚਨਾ ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਇਸ ਅਜਗਰ ਨੂੰ ਕਾਬੂ ਕਰ ਲਿਆ ਅਤੇ ਇਸ ਨੂੰ ਰੈਸਕਿਊ ਕਰਕੇ ਹੁਣ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਇੱਕ ਬਹੁਤ ਵੱਡਾ ਅਜਗਰ ਹੁੰਦਾ ਹੈ ਜੋ ਰਿਹਾਇਸ਼ੀ ਇਲਾਕੇ ਦੇ ਵਿੱਚ ਘੁੰਮਦਾ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਮੌਕੇ ਤੇ ਜੰਗਲਾਤ ਵਿਭਾਗ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਇਸ ਅਜਗਰ ਨੂੰ ਕਾਬੂ ਕੀਤਾ ਅਤੇ ਹੁਣ ਇਸ ਨੂੰ ਰੈਸਕਿਊ ਕਰਕੇ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਪੋਟੀ ਕੱਢਦੀ ਨਾ ਪਿੱਛੋਂ, ਦੋ ਦਿਨ ਰੋਟੀ ਨਹੀਂ ਖਾ ਸਕਦਾ ਬੰਦਾ, ਪੋਟੀ ਮਾਰ ਵੀ ਕੱਢ ਕੇ ਬਾਹਰ, ਬਹੁਤ ਗੰਦੀ ਸਮੈਲ ਆਉਂਦੀ ਹੈ ਇੱਥੇ ਦੇਖਿਓ, ਹਲਕੀ ਖੱਟੀ ਖੱਟੀ ਸਮੈਲ ਆ ਰਹੀ ਹੋਣੀ। ਆਪਣੀ ਸੇਫਟੀ ਵਾਸਤੇ ਨਾ ਇਹ ਕੋਈ ਵੀ ਸੱਪ ਹੈ, ਆ ਜਿਹੜੀ ਗੰਦੀ ਸਮੈਲ ਨਹੀਂ ਆ ਰਹੀ ਹੁਣ, ਇਹ ਪੋਟੀ ਦੀ ਸਮੈਲ ਹੈ, ਕੱਪੜਿਆਂ ਤੇ ਪੈ ਜਾਵੇ ਤਾਂ। ਅੱਜ ਕੱਲ ਬਰਸਾਤ ਦਾ ਸੀਜ਼ਨ ਚੱਲ ਰਿਹਾ ਤੇ ਜਗ੍ਹਾ ਜਗ੍ਹਾ ਤੇ ਸੱਪ ਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਨੇ। ਉੱਥੇ ਹੀ ਨੰਗਲ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਚ ਇੱਕ ਵੱਡਾ ਅਜਗਰ ਵੇਖਣ ਨੂੰ ਮਿਲਿਆ, ਜਿਸ ਕਾਰਨ ਲੋਕਾਂ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਤੇ ਇਸ ਦੀ ਸੂਚਨਾ ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਇਸ ਅਜਗਰ ਨੂੰ ਕਾਬੂ ਕਰ ਲਿਆ ਅਤੇ ਇਸ ਨੂੰ ਰੈਸਕਿਊ ਕਰਕੇ ਹੁਣ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਇੱਕ ਬਹੁਤ ਵੱਡਾ ਅਜਗਰ ਹੁੰਦਾ ਹੈ ਜੋ ਰਿਹਾਇਸ਼ੀ ਇਲਾਕੇ ਦੇ ਵਿੱਚ ਘੁੰਮਦਾ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਮੌਕੇ ਤੇ ਜੰਗਲਾਤ ਵਿਭਾਗ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਇਸ ਅਜਗਰ ਨੂੰ ਕਾਬੂ ਕੀਤਾ ਅਤੇ ਹੁਣ ਇਸ ਨੂੰ ਰੈਸਕਿਊ ਕਰਕੇ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਪੋਟੀ ਕੱਢਦੀ ਨਾ ਪਿੱਛੋਂ, ਦੋ ਦਿਨ ਰੋਟੀ ਨਹੀਂ ਖਾ ਸਕਦਾ ਬੰਦਾ, ਪੋਟੀ ਮਾਰ ਵੀ ਕੱਢ ਕੇ ਬਾਹਰ, ਬਹੁਤ ਗੰਦੀ ਸਮੈਲ ਆਉਂਦੀ ਹੈ ਇੱਥੇ ਦੇਖਿਓ, ਹਲਕੀ ਖੱਟੀ ਖੱਟੀ ਸਮੈਲ ਆ ਰਹੀ ਹੋਣੀ। ਆਪਣੀ ਸੇਫਟੀ ਵਾਸਤੇ ਨਾ ਇਹ ਕੋਈ ਵੀ ਸੱਪ ਹੈ, ਆ ਜਿਹੜੀ ਗੰਦੀ ਸਮੈਲ ਨਹੀਂ ਆ ਰਹੀ ਹੁਣ, ਇਹ ਪੋਟੀ ਦੀ ਸਮੈਲ ਹੈ, ਕੱਪੜਿਆਂ ਤੇ ਪੈ ਜਾਵੇ ਤਾਂ। ਅੱਜ ਕੱਲ ਬਰਸਾਤ ਦਾ ਸੀਜ਼ਨ ਚੱਲ ਰਿਹਾ ਤੇ ਜਗ੍ਹਾ ਜਗ੍ਹਾ ਤੇ ਸੱਪ ਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਨੇ। ਉੱਥੇ ਹੀ ਨੰਗਲ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਚ ਇੱਕ ਵੱਡਾ ਅਜਗਰ ਵੇਖਣ ਨੂੰ ਮਿਲਿਆ, ਜਿਸ ਕਾਰਨ ਲੋਕਾਂ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਤੇ ਇਸ ਦੀ ਸੂਚਨਾ ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਇਸ ਅਜਗਰ ਨੂੰ ਕਾਬੂ ਕਰ ਲਿਆ
ਅਤੇ ਇਸ ਨੂੰ ਰੈਸਕਿਊ ਕਰਕੇ ਹੁਣ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਇੱਕ ਬਹੁਤ ਵੱਡਾ ਅਜਗਰ ਹੁੰਦਾ ਜੋ ਰਿਹਾਇਸ਼ੀ ਇਲਾਕੇ ਦੇ ਵਿੱਚ ਘੁੰਮਦਾ ਨਜ਼ਰ ਆਉਂਦਾ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਮੌਕੇ 'ਤੇ ਜੰਗਲਾਤ ਵਿਭਾਗ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਇਸ ਅਜਗਰ ਨੂੰ ਕਾਬੂ ਕੀਤਾ ਅਤੇ ਹੁਣ ਇਸ ਨੂੰ ਰੈਸਕਿਊ ਕਰਕੇ ਜੰਗਲ ਦੇ ਵਿੱਚ ਛੱਡਿਆ ਜਾਵੇਗਾ।